ਜੰਮਿਆ ਪੋਤ ਭਗਤ ਗੋਬਿੰਦ ਕਾ, ਪ੍ਰਗਟਿਆ ਸਦਮੇ ਲਿਖਿਆ ਤੁਰਕਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਦਸਵੇਂ ਪਾਤਸ਼ਾਹ ਦੇ ਸਭ ਤੋਂ ਵੱਡੇ ਫਰਜੰਦ, ਜਿਨ੍ਹਾਂ ਦਾ ਜਨਮ ਸੰਨ 1687 ਈਸਵੀ ਨੂੰ ਪਾਉਂਟਾ ਸਾਹਿਬ ਵਿਖੇ ਹੋਇਆ। ਮਾਤਾ ਸੁੰਦਰ ਕੌਰ ਜੀ ਨੂੰ ਆਪ ਜੀ ਦੀ ਮਾਤਾ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਜਿਸ ਸਮੇਂ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ, ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਗਾਣੀ ਦਾ ਯੁੱਧ ਜਿੱਤਿਆ ਸੀ, ਤਾਂ ਬਾਬਾ ਜੀ ਦਾ ਨਾਮ ਵੀ ਰੱਖਿਆ ਗਿਆ ਅਜੀਤ ਸਿੰਘ। ਛੋਟੀ ਹੀ ਉਮਰ ਵਿੱਚ ਗੁਰਬਾਣੀ ਪ੍ਰਤੀ ਆਪ ਜੀ ਪੂਰੀ ਸ਼ਰਧਾ ਰੱਖਦੇ ਸਨ। ਘੁੜਸਵਾਰੀ, ਸ਼ਸਤਰਧਾਰੀ ਹੋਣ ਦੀ ਸਿਖਲਾਈ ਆਪ ਜੀ ਨੂੰ ਪਿਤਾ ਸਾਹਿਬ ਜੀ ਦੀ ਨਿਗਰਾਨੀ ਹੇਠ ਹੀ ਹੋਈ। ਆਪ ਜੀ ਨੇ ਪਹਾੜੀ ਰਾਜਿਆਂ ਨੇ ਕਿਲ੍ਹਾ ਨਿਰਮੋਹਗੜ੍ਹ ਦੇ ਹਮਲੇ ਦਾ ਜਵਾਬ ਬੜੀ ਹੀ ਨਿਡਰਤਾ ਨਾਲ ਦਿੱਤਾ। ਛੋਟੀ ਉਮਰ ਵਿੱਚ ਬਾਬਾ ਜੀ ਨੇ ਜੰਗਾਂ ਨੂੰ ਜਿੱਤ ਕੇ ਚਾਲਵਾਂ ਨੂੰ ਭਾਜੜਾ ਪਾ ਦਿੱਤੀਆਂ ਸਨ। ਉਮਰ ਦਾ ਕਾਫੀ ਹਿੱਸਾ ਆਪ ਜੀ ਨੇ ਆਪਣੇ ਪਿਤਾ ਜੀ ਦੇ ਸੰਗ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਿਤਾਇਆ। ਚਮਕੌਰ ਦੀ ਗੜੀ ਵਿੱਚ ਵੀ ਬਾਬਾ ਅਜੀਤ ਸਿੰਘ ਜੀ ਨੇ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਦਸਵੇਂ ਪਾਤਸ਼ਾਹ ਦੇ ਵੱਡੇ ਫਰਜੰਦ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਕੋਟਾਨ ਕੋਟ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।